ਜੀ ਕੁਐਸਚਨ ਅਬਾਸ ਸਾਹਿਬ ਅੱਗੇ, ਅਬਾਸ ਸਾਹਿਬ ਡੋਨੇਸ਼ਨ ਦੇ ਬਾਰੇ ਕਦੇ ਕੋਈ ਸ਼ਾਇਦ ਡੋਨੇਸ਼ਨ ਕੀਤੀ ਆ? ਹਾਂਜੀ ਜੀ, ਮੈਂ ਕਰਦਾ ਡੋਨੇਸ਼ਨ। ਹਾਂਜੀ, ਅੱਛਾ, ਇਹ ਹਰ ਮਹੀਨੇ ਜਾਂ ਮਤਲਬ ਕਿੰਨੀ ਦੇਰ ਬਾਅਦ? ਜੀ ਇੱਕ ਦੋ ਦਿਨ ਛੱਡ ਕੇ ਮੈਂ ਫਿਰ ਡੋਨੇਸ਼ਨ ਕਰਦਾ ਰਹਿੰਦਾ ਵਾਂ, ਉਹਦੇ ਨਾਲ ਨਾ ਜੀ ਦੰਦ ਸਾਫ਼ ਰਹਿੰਦਾ। ਇੱਕ ਮਿੰਟ ਯਾਰ, ਡੋਨੇਸ਼ਨ ਕਿਹਨੂੰ ਕਹਿੰਦੇ ਆ? ਜੀ ਆਹ ਮੁਰਛ ਜਿਹੜਾ ਕਰਦੇ ਜੀ, ਉਹ ਡੱਬੀ ਜੀ ਹੁੰਦੀ ਜਿਹਦੇ 'ਤੇ ਮੂੰਹ ਜਿਹਾ ਵੀ ਬਣਿਆ ਹੁੰਦਾ। ਸਹੀ ਗੱਲ ਆ। ਸਰ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਆ। ਹਾਂਜੀ ਜੀ। ਤੁਹਾਨੂੰ ਜੋ ਇੰਨੇ ਤੁਸੀਂ ਪਾਪੂਲਰ ਹੋ ਗਏ ਹੋ, ਇਸ ਪਾਪੂਲਰਿਟੀ ਦੇ ਪਿੱਛੇ ਕਿਹਦਾ ਹੱਥ? ਅੱਲਾ ਪਾਕ ਦਾ ਜੀ। ਹਾਂ, ਵਾਹ 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 ਵਾਹ। ਪਾਪੂਲਰਿਟੀ ਉਹਨੂੰ ਇਸ ਤੋਂ ਪਤਾ ਕਿਉਂਕਿ ਉਹਨੂੰ ਲੋਕ ਇਹ ਲਫ਼ਜ਼ ਸੁਣਿਆ ਉਹਨੇ, ਪਾਪੂਲਰ ਆ ਪਾਪੂਲਰ, ਇਹ ਕਾਮਨ ਜਿਹਾ ਲਫ਼ਜ਼ ਆ ਨਾ ਇਸ ਤੋਂ। ਹਾਂ, ਅੱਛਾ ਇਹ ਦੱਸੋ ਜੀ ਜੀ ਕਿ ਲਾਕੜਾ ਕਾਕੜਾ ਕਦੀ ਫੇਸ ਕੀਤਾ? ਇਹ ਜੀ ਪਹਿਲੇ ਮੈਂ ਲਵਾਨਾ ਸੀ, ਹੁਣ ਲੱਗਦਾ ਹੀ ਨਹੀਂ ਜੀ ਲਾਕੜਾ ਕਾਕੜਾ। ਪਹਿਲੇ ਇੱਕ ਬੰਦੇ ਨੇ ਮੈਨੂੰ ਦਿੱਤਾ ਲਿਖ ਕੇ, ਕਹਿੰਦਾ ਜੀ ਆਹ ਲੱਗੇਗਾ ਲਾਕੜਾ, ਉਹ ਮੈਂ ਲਵਾਇਆ, ਉਹ ਲੱਗਾ ਹੀ ਨਹੀਂ। ਫਿਰ ਮੈਂ ਉਹ ਲਾਕੜਾ ਜਿਹੜਾ, ਕਿਹੜਾ ਲਾਕੜਾ? ਉਹ ਦਿੰਦੇ ਨੰਬਰ ਜਿਹਾ ਲਿਖ ਕੇ, ਕਹਿੰਦੇ ਜੀ ਆਹ ਲਵਾ ਲਓ ਲਾਕੜਾ। ਸ਼ਰੀਫ ਲੋਕੋ ਕੋ ਵੀ ਬੋਲ ਦੇਤੇ ਹੈ, ਇੱਕ ਦਫਾ ਲਾਕੜਾ ਲਗਾਓ ਆਪਕੀ ਕਿਸਮਤ ਬਦਲ, ਆਪਕਾ ਇੱਕ ਦਫਾ ਲਾਕੜਾ ਲਗਾਓ ਆਪਕੇ ਕਾਕੜਾ ਹੋ ਜਾਏਗਾ। ਤੋਂ ਨਹੀਂ ਹੋਇਆ, ਨਹੀਂ ਹੋਇਆ। ਲਓ ਜੀ ਦੱਸੋ ਜੀ ਅੱਗੇ। ਅੱਛਾ ਜੀ, ਆਪਕਾ ਫੇਵਰੇਟ ਹੋਲੀਡੇ ਡੈਸਟੀਨੇਸ਼ਨ ਕੌਨ ਸਾ ਹੈ? ਨਹੀਂ ਜੀ, ਮੈਂ ਚਾਰਪਾਈ ਮੈਂ ਲਾਈਕ ਕਰਤਾ ਹੂੰ। ਚਾਰਪਾਈ ਤੇ ਸੋਨੇ? ਹਾਂਜੀ ਚਾਰ। ਮਤਲਬ ਉਹ ਡੈਸਟੀਨੇਸ਼ਨ ਤੇ ਨਹੀਂ ਕਰਦੇ? ਡੈਸਟੀਨੇਸ਼ਨ ਉੱਤੇ ਇਜ਼ੀ ਨਹੀਂ ਹੁੰਦੇ ਤੁਸੀਂ? ਇਜ਼ੀ ਨਹੀਂ, ਉਹ ਲੱਕ ਦਰਦ ਕਰਦਾ। ਨਹੀਂ ਭਾਜੀ, ਉਹਨਾਂ ਡੈਸਟੀਨੇਸ਼ਨ ਪਤਾ ਕੀ ਆ, ਉਹ ਕਿਸ ਟਾਈਮ ਉਹਦਾ ਵਿੱਚੋਂ ਸਪਰਿੰਗ ਖਰਾਬ ਹੋਣਾ ਤੇ ਉਹ ਕਮਰ 'ਚ ਦਰਦ ਸ਼ੁਰੂ ਕਰ ਦਿੰਦਾ। ਸਹੀ ਹੋ ਗਿਆ, ਠੀਕ ਹੋ ਗਿਆ। ਅਬਾਸ ਸਾਹਿਬ, ਤੁਹਾਡਾ ਮਾਈਂਡ ਜਿਹੜਾ, ਇਹਦਾ ਕ੍ਰਾਈਟੇਰੀਆ ਮਖਸੂਸ ਕਿਹੜਾ ਵਾ? ਠਹਿਰ ਜੈਕ ਮਿੰਟ, ਮੈਨੂੰ ਲੱਗਦਾ ਉੱਧਰ ਪੈਕਅਪ ਹੋ ਗਿਆ ਜੀ, ਸਾਹਮਣੇ ਪਲਾਟ 'ਚ, ਸਾਹਮਣੇ ਪਲਾਟ 'ਚ ਪੈਕਅਪ ਹੋ ਗਿਆ। ਮੈਨੂੰ ਲੱਗਦਾ ਉਹ ਨੱਸ ਗਿਆ, ਕਹਿੰਦੇ ਸਾਡਾ ਫਾਰਮੈਟ ਚੋਰੀ ਹੋ ਰਿਹਾ। ਚਲੋ ਜੀ, ਅੱਛਾ ਜੀ ਅਬਾਸ ਸਾਹਿਬ, ਤੁਹਾਨੂੰ ਕਦੀ ਕਿਸੇ ਨੇ ਵਾਰਨਿੰਗ ਦਿੱਤੀ ਹੋਵੇ? ਨਹੀਂ ਜੀ, ਮੈਂ ਨਹੀਂ ਜੀ ਕਦੀ ਕਿਸੇ ਦੀ ਵਾਰਨਿੰਗ ਲਈ। ਵਾਰਨਿੰਗ ਨਹੀਂ ਲਈ? ਹਾਂ ਜੀ, ਮੈਂ ਦਿੱਤੀ ਵੀ ਨਹੀਂ ਕਿਸੇ ਨੇ ਵਾਰਨਿੰਗ ਕਦੀ, ਨਹੀਂ ਲਈ ਦੀ ਨਹੀਂ। ਕਿਉਂ? ਉਹ ਕਿਸੇ ਦੀ ਲਾਓ ਨਾ ਤੇ ਉਹ ਫਿਰ ਖਰਾਬ ਹੋ ਜਾਂਦਾ ਕੰਮ। ਮਤਲਬ ਕੀ ਹੁੰਦਾ ਵਾ? ਹਾਂਜੀ, ਉਹ ਗਾਣੇ ਨਿਕਲ ਆਉਂਦੇ ਆ ਤੇ ਫਿਰ ਉਹ ਜਰਾਸੀਮ। ਹਾਂਜੀ, ਜਰਾਸੀਮ ਹੋ ਜਾਂਦੇ ਆ ਜਦੋਂ ਕੋਈ ਵਾਰਨਿੰਗ ਦਵੇ। ਵਾਰਨਿੰਗ ਮੈਂ ਆਪਣੀ ਰੱਖੀ, 170 ਰੁਪਏ ਕੀ ਆਈ ਹੈ ਉਹ। ਆ ਸਹੀ ਗੱਲ ਆ, ਕਿਸੇ ਦੀ ਵਾਰਨਿੰਗ ਲੈ ਲਓ ਨਾ, ਕੋਈ ਵਾਰਨਿੰਗ ਦੇ ਦੇਵੇ, ਉਹ ਭਾਈ ਜਰਾਸੀਮ ਚੜ ਜਾਂਦੇ। ਸਹੀ ਗੱਲ ਆ, ਸਿਆਣੇ ਕਹਿੰਦੇ ਸ਼ੇਵ ਕਰਾ ਕੇ ਉਸ ਤਰ੍ਹਾਂ ਬਦਲੋ ਤੇ ਵਾਰਨਿੰਗ ਆਪਣੀ ਰੱਖੋ। ਸਹੀ ਗੱਲ ਆ। ਅੱਛਾ ਇਹ ਦੱਸੋ ਕਿ ਹਾਲੇ ਤੱਕ ਕੋਈ ਫਿਉਂਸੀ ਨਹੀਂ ਤੁਹਾਡੀ? ਫਿਉਂਸੀ ਵਾਲਾ ਕੋਈ ਚੱਕਰ, ਕੋਈ ਫਿਉਂਸੀ ਦਾ ਜ਼ੇਨ? ਨਹੀਂ ਜੀ, ਅਭੀ ਤੋਂ ਕੋਈ ਨਹੀਂ ਹੈ ਫਿਉਂਸੀ। ਪਹਿਲੇ ਇੱਕ ਦਫਾ ਮੈਨੂੰ ਨਿਕਲੀ ਸੀ ਫਿਉਂਸੀ, ਪੂਰੇ ਜਿਸਮ 'ਤੇ ਥੋੜ੍ਹੀ ਸੀ ਸ਼ੁਰੂ ਹੋਈ, ਪੂਰੇ ਜਿਸਮ 'ਤੇ ਫੈਲ ਗਈ ਫਿਉਂਸੀਆਂ। ਹਾਂਜੀ, ਫਿਰ ਮੈਂ ਇੱਕ ਪਾਊਡਰ ਔਰ ਲਗਾਈ, ਉਹ ਫਿਰ ਠੀਕ ਹੋ ਗਈ ਫਿਉਂਸੀ। ਅਭੀ ਦੇਖੋ ਕੋਈ ਵੀ ਉਹ ਫਿਉਂਸੀ ਦੇਖੋ ਵੀ ਕੋਈ ਫਿਉਂਸੀ ਨਹੀਂ ਗਈ ਪੂਰੇ ਜਿਸਮ 'ਤੇ। ਹਾਂਜੀ ਸਰ, ਇੰਗੇਜਮੈਂਟ ਹੋਈ ਹੈ ਆਪਕੀ? ਉਹ ਜੀ ਇੱਥੇ ਦੱਸਣ ਵਾਲਾ ਸਵਾਲ ਨਹੀਂ ਆ, ਉਹ ਹਰ ਬੰਦੇ ਦੀ ਹੁੰਦੀ ਜਦੋਂ ਪੈਦਾ ਹੁੰਦਾ ਉਹਦੀ ਹੁੰਦੀ।
ਸਭ ਤੋਂ ਪਹਿਲੇ ਹੁੰਦੀ ਓਏ ਬਸ ਬਸ ਚੱਲ ਚੁੱਪ ਹੋ ਗਈ ਤੇਰੇ ਵੱਲੋਂ ਝੰਡ ਨੂੰ ਸਮਝ ਰਿਹਾ ਝੰਡ ਨੂੰ ਸਮਝ ਰਿਹਾ ਝੰਡ ਨੂੰ ਸਮਝ ਰਿਹਾ ਝੰਡ ਹੀ ਹੁੰਦੀ ਜਦੋਂ ਬੱਚਾ ਪੈਦਾ ਹੁੰਦਾ ਅੱਛਾ ਚਲੋ ਚਲੋ ਕੋਈ ਗੱਲ ਨੀ ਸਰ ਮੇਰਾ ਸਵਾਲ ਹੈ ਜੀ ਸਵਾਲ ਕਰ ਛੇਤੀ ਗੈਦਰਿੰਗ ਕਿੱਦਾਂ ਦੀ ਪਸੰਦ ਆ ਗੈਦਰਿੰਗ ਤੇਜ਼ ਮਿਰਚ ਵਾਲੀ ਹਾਂਜੀ ਤੇਜ਼ ਮਿਰਚ ਸਪਾਈਸੀ ਆ ਹੋਵੇ ਕੰਮ ਗੈਦਰਿੰਗ ਹਾਂਜੀ ਨਾਲ ਗੈਦਰਿੰਗ ਦੇ ਖਮੀਰੀ ਰੋਟੀ ਹੋਵੇ ਆ ਅੱਛਾ ਗੈਦਰਿੰਗ ਘਰ ਦੀ ਹੋਣੀ ਚਾਹੀਦੀ ਬਾਜ਼ਾਰ ਦੀ ਖਾਧੀ ਕਦੀ ਗੈਦਰਿੰਗ ਬਾਜ਼ਾਰ ਦੀ ਮੈਨੂੰ ਪਸੰਦ ਨਹੀਂ ਆਤੀ ਬਹੁਤ ਘਰ ਦੀ ਆਪਣੇ ਹੱਥੀ ਗੈਦਰਿੰਗ ਬਣਾਵੇ ਬੰਦਾ ਸੋਹਣਾ ਕਾਲੀਆਂ ਮਿਰਚਾਂ ਪਾ ਕੇ ਠੀਕ ਹੈ ਕਦੀ ਲੌਂਗ ਡਰਾਈਵ ਇੰਜੋਏ ਕੀਤਾ ਹੋਵੇ ਤੁਸੀਂ ਲੌਂਗ ਡਰਾਈਵ ਉਹ ਕਹਿੰਦਾ ਲੌਂਗ ਡਰਾਈਵਿੰਗ ਕਦੀ ਲੌਂਗ ਡਰਾਈਵ ਹਾਂਜੀ ਅਕਸਰ ਮੈਂ ਕੀਤੀ ਲੌਂਗ ਕਿੱਦਾਂ ਉਹ ਜੀ ਦਰ ਦਰਦ ਕਰਦੀ ਹੁੰਦੀ ਫਿਰ ਲੌਂਗ ਇੱਕ ਰੱਖ ਕੇ ਨਾ ਫਿਰ ਮੈਂ ਉਹ ਬਾਈਕ ਤੇ ਚੱਲ ਜਾਂਦਾ ਲੌਂਗ ਡਰਾਈਵ ਲੈ ਲਓ ਜਿੰਨੀ ਮਰਜ਼ੀ ਕਰੀ ਜਾਓ ਲੌਂਗ ਹਾਂ ਸਹੀ ਗੱਲ ਜਿੰਨੀ ਮਰਜ਼ੀ ਕਰ ਲਓ ਲੌਂਗ ਡਰਾਈਵ ਹਾਂ ਸਹੀ ਗੱਲ ਸਰ ਆਪਕਾ ਮਾਈਂਡ ਇਤਨਾ ਸ਼ਾਰਪ ਕੈਸੇ ਹੈ ਕੀ ਕਹਿ ਰਹੇ ਜੀ ਉਹ ਕਹਿ ਰਹੇ ਨੇ ਕਿ ਤੁਹਾਡਾ ਦਿਮਾਗ ਇੰਨਾ ਸ਼ਾਰਪ ਕਿੱਦਾਂ ਵਾ ਉਹ ਜੀ ਬਚਪਨ ਚ ਨਾ ਮੈਂ ਸਾਈਕਲ ਚਲਾ ਰਿਹਾ ਸੀ ਹਾਂ ਹਾਂ ਤੇ ਉਸ ਤੋਂ ਮੈਂ ਡਿੱਗ ਗਿਆ ਕਿਤੇ ਸਾਈਕਲ ਠੀਕ ਆ ਉਹ ਮੈਂ ਉੱਥੋਂ ਡਿੱਗ ਗਿਆ ਜੀ ਉਹ ਮੇਰੇ ਸਿਰ 'ਚ ਸੱਟ ਲੱਗ ਗਈ ਠੀਕ ਆ ਉਹ ਮੈਨੂੰ ਚੋਕੇ ਜੀ ਘਰ ਦੇ ਡਾਕਟਰ ਕੋਲ ਲੈ ਗਏ ਓਕੇ ਉਹ ਡਾਕਟਰ ਸਾਹਿਬ ਨੇ ਚੈੱਕ ਚੁੱਕ ਕਰਕੇ ਤੇ ਉਹਨਾਂ ਨੇ ਕੀਤਾ ਉਹ ਕਹਿੰਦੇ ਜੀ ਇਹ ਹੁਣ ਸ਼ਾਰਪ 'ਚ ਚਲੇ ਗਏ ਆ ਹੁਣ ਨਹੀਂ ਇਹਨਾਂ ਨੇ ਇੱਦਾਂ ਹੀ ਰਹਿਣਾ ਸ਼ਾਰਪ ਹੋ ਗਿਆ ਹਾਂਜੀ ਉਹਨੂੰ ਨਹੀਂ ਮੈਂ ਸ਼ਾਰਪ ਓ ਹੋ ਹੋ ਅੱਛਾ ਡਾਕਟਰ ਨੇ ਕਿਹਾ ਕਿ ਇਹਨੂੰ ਸੱਟ ਵੱਜੀ ਆ ਇਹ ਹੁਣ ਸ਼ਾਰਪ 'ਚ ਚਲੇ ਗਏ ਹਾਂਜੀ ਸ਼ਾਰਪ ਸਾਜੇ ਬਾਸ ਭਾਈ ਮਾਸ਼ਾਅੱਲਾ ਬੜੇ ਅੱਛੇ ਨੇ ਇਹਨਾਂ ਦੇ ਫੈਨ ਹੈਗੇ ਇਹਨਾਂ ਨੂੰ ਕੋਈ ਕਦੀ ਕਿਸੇ ਨੇ ਮੀਟਅਪ ਰੱਖਿਆ ਇਹਨਾਂ ਨੇ ਮੈਂ ਸਹੀ ਕਹਿ ਰਿਹਾ ਕਿਸੇ ਨੇ ਸਾਡਾ ਸ਼ੋਅ ਤੇ ਲਾਇਆ ਹੈ ਇਹ ਇਹਨਾਂ ਦੁਸ਼ਮਣਾਂ ਨੇ ਛੱਡਿਆ ਸਾਡੇ ਤੇ ਉਹਨਾਂ ਨੇ ਮੇਰੀ ਆਵਾਜ਼ ਸੁਣਾ ਸੁਣਾ ਕੇ ਨਾ ਉਹਨੂੰ ਕਿਹਾ ਕਿ ਇਹ ਬੰਦਾ ਨਹੀਂ ਸਹੀ ਇੱਥੇ ਭੌਂਕਣਾ ਹੀ ਉਹ ਮੇਰੀ ਆਵਾਜ਼ ਆਉਂਦੀ ਸ਼ੁਰੂ ਹੋ ਜਾਂਦਾ ਨਾਲ ਫਿਰ ਮੈਂ ਵੀ ਸ਼ੁਰੂ ਹੋ ਜਾਂਦਾ ਫਿਰ ਢੀਠ ਫਿਰ ਅਸੀਂ ਵੀ ਪੂਰੇ ਹਾਂ ਨਾਲ ਲਾਲਾ ਕਿੰਨੇ ਕਿ ਦਿਨ ਥੱਕੇਗਾ ਤੂੰ ਇੱਕ ਡੋਕ ਤੇ ਕਿਬਲਾ ਇੱਧਰ ਪਹਿਲੇ ਹੀ ਫਿਰਤਾ ਹੈ ਜਬ ਆਪ ਬੋਲਤੇ ਹੈ ਨਾ ਟੇਕ ਉਹ ਜਾ ਕੇ ਬਤਾਤਾ ਟੇਕ ਹੋ ਗਈ ਹੈ ਚਲੋ ਉਹ ਭੌਂਕਣਾ ਸ਼ੁਰੂ ਕਰ ਉਹ ਇੱਕ ਇੱਥੇ ਮੇਰਾ ਹਾਲ ਇੱਧਰ ਨਾਲ ਕੰਨ ਲਾ ਕੇ ਦੇਖਾ ਜਦੋਂ ਕਹਿੰਦਾ ਨਾ ਵੈਲਕਮ ਬੈਕ ਟੇਕ ਕੈਮਰਾਮੈਨ ਕਹਿੰਦੇ ਨਾ ਟੇਕ ਤੇ ਉਹ ਕਹਿੰਦਾ ਓਏ ਕਿਉਂ ਸ਼ੁਰੂ ਹੋ ਜਾ ਬਾਉ 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 ਤੇ ਜਦੋਂ ਕਹਿੰਦੇ ਨਾ ਇੱਕ ਮਿੰਟ ਸਰ ਕੱਟ ਲਗਾ ਲੈ ਤੂੰ ਨਾਲ ਹੀ ਕਹਿੰਦਾ ਓਏ ਕੱਟ ਇਹ ਮੈਂ ਤਾਂ ਬਾਹਰ ਚੁੱਪ ਕਰ ਗਿਆ ਉਹਨੂੰ ਪਤਾ ਲੱਗ ਗਿਆ ਚੁੱਪ ਕਰ ਗਿਆ ਪਤਾ ਨਹੀਂ ਤੁਹਾਨੂੰ ਆਵਾਜ਼ ਆ ਰਹੀ ਕਿ ਨਹੀਂ ਆ ਰਹੀ ਸਾਨੂੰ ਆ ਰਹੀ ਤੁਸੀਂ ਕੱਟ ਤੇ ਲਾਏ ਆ ਹਾਂਜੀ ਇਹ ਪੂਰੇ ਪੂਰਾ ਹਿਸਾਬ ਕਿਤਾਬ ਇਹਨਾਂ ਦਾ ਉਹਨਾਂ ਦੇ ਪੂਰਾ ਪ੍ਰੋਡਕਸ਼ਨ ਹਾਊਸ ਆ ਬਾਹਰ ਸਾਹਮਣਾ ਪਲਾਟ ਨੀ ਹਾਂਜੀ ਹਾਂਜੀ ਇਹ ਉਹਨਾਂ ਦਾ ਪੂਰਾ ਪ੍ਰੋਡਕਸ਼ਨ ਹਾਊਸ ਉਹਦੇ ਅੰਦਰ ਐਡੀਟਰ ਕੈਮਰਾਮੈਨ ਆਰਟਿਸਟ ਉਹ ਸਾਰੇ ਹੀ ਨੇ ਮਾਲ ਮਾਲ ਸਾਡੇ ਕੋਲ ਸਿੱਖ ਰਹੇ ਨੇ ਰੋਜ਼ ਕੰਮ ਉਹਨਾਂ ਨੇ ਨਾਲ ਹੀ ਡਿਊਟੀ ਤੇ ਆਉਂਦੇ ਆ 1 ਵਜੇ ਐਕਟ ਹੋ ਜਾਂਦੇ ਆ ਤੇ 10 11 ਵਜੇ ਚੱਲ ਜਾਂਦੇ ਔਰ ਉਹਨਾਂ ਦੇ ਵਿੱਚੋਂ ਅੱਜ ਕਈ ਵਿਆਹ ਤੇ ਵੀ ਗਏ ਆ ਸਹੀ ਗੱਲ ਆ ਯਾਨੀ ਉਹ ਸਾਡੀ ਐਸੀ ਨਾਜ਼ਰੀਨ ਕਾਪੀ ਕਰਦੇ ਉਹਨਾਂ ਨੂੰ ਪਤਾ ਲੱਗਦਾ ਨਾ ਕਿ ਫਰੀਦ ਚੱਲਾ ਇੱਥੋਂ ਵਿਆਹ ਤੇ ਗਿਆ ਫਰੀਦ ਉਹਨਾਂ 'ਚੋਂ ਵੀ ਇੱਕ ਨਿਕਲ ਜਾਂਦਾ ਕਿ ਉਹ ਪੂਰਾ ਮੁਕਾਬਲਾਬਾਜ਼ੀ ਕਰ ਰਹੇ ਸਾਡੇ ਨਾਲ ਯਕੀਨ ਕਰ ਇਹਨਾਂ 'ਚ ਵੀ ਇੱਕ ਐਸਾ ਹੈਗਾ ਜਿਹਨੂੰ ਇੰਗਲਿਸ਼ ਦੇ ਲਫ਼ਜ਼ਾਂ ਦੀ ਸਮਝ ਨਹੀਂ ਲੱਗਦੀ ਯਕੀਨ ਕਰੋ ਨਾਲ ਜੀ ਆਹੋ ਉਹਨੂੰ ਕਹਿੰਦੇ ਆ ਵੀ ਗੈਟ ਆਊਟ ਕਿ ਉਹ ਕਹਿੰਦਾ ਉਹ ਕਿੱਥੋਂ ਮਿਲਿਆ ਮੈਂ ਕਿੱਥੋਂ ਲਿਆਵਾਂ ਹੁਣ ਮੇਰੇ ਕੋਲ ਪੈਸੇ ਨਹੀਂ ਗਏ ਇਹਨਾਂ 'ਚ ਸਤਾਜਕ ਟਾਈਮ ਦਾ ਵੀ ਬੜਾ ਤਮਾਨ ਦਾ ਹਾਂ ਔਰ ਉਹ ਭਾਜਨ ਪੂਰੀ ਸਾਡੀ ਕਾਪੀ ਕਰ ਰਹੇ ਔਰ ਉਹ ਜਿੱਦਾਂ ਅਸੀਂ ਉਹਨਾਂ ਦੇ ਬਾਰੇ 'ਚ ਕਹਿ ਰਹੇ ਉਹ ਸਾਡੇ ਬਾਰੇ 'ਚ ਤਾਂ ਕਹਿੰਦੇ ਆ ਹਾਂਜੀ ਉਹ ਕਹਿੰਦੇ ਸਾਹਮਣੇ ਇੱਕ ਇਨਸਾਨਾਂ ਨੇ ਵੀ ਪ੍ਰੋਡਕਸ਼ਨ ਹਾਊਸ ਪਾਇਆ ਸੀ
ਮੈਂ ਤਾਂ ਕਹਿੰਦਾ ਉਸਤਾਦ ਜੀ ਇਕੱਠੇ ਰਲ ਮਿਲ ਕੇ ਕੰਮ ਕਰ ਲਈਏ, ਅੱਗੇ ਵੀ ਤਾਂ ਕਰ ਹੀ ਰਹੇ ਹੋਰ ਕਰ ਲਈਏ। ਹੁਣ ਚੁੱਪ ਕਰਕੇ ਲੱਗਦਾ ਹੋ ਜਾਣਾ ਇੱਥੇ ਮੀਟਅਪ ਰੱਖਿਆ ਕੋਈ ਮੀਟਅਪ ਜੀ, ਉਹ ਪਿੱਛੇ ਜੇ ਕੱਟ ਗਏ ਸੀ ਫਿਰ ਅਸੀਂ ਡਬਲ ਸੀ ਫਿਰ ਉਹ ਪਾ ਰਹੇ ਹਾਂ ਅਤੇ ਫਿਰ ਉਹ ਕੀ ਹੋਇਆ ਉਹ ਮੀਟਅਪ ਕੱਟ ਗਏ ਸੀ ਜੀ, ਉਹ ਫਿਰ ਅਸੀਂ ਉੱਥੇ ਤਾਰਿਆ ਬਿੱਲ ਅਤੇ ਫਿਰ ਉਹ ਮੀਟਅਪ ਲਾ ਗਏ ਮੀਟਅਪ। ਉਹ ਯਾਰ ਨਾਦਰੀਨ ਅੱਲਾ ਹਾਫਿਜ਼ ਜੀ, ਬਹੁਤ ਸ਼ੁਕਰੀਆ ਤੁਹਾਡਾ, ਅਗਲੇ ਪ੍ਰੋਗਰਾਮ 'ਚ ਫਿਰ ਮੁਲਾਕਾਤ ਹੋਏਗੀ, ਤੁਹਾਡਾ ਆਪਣਾ ਬਹੁਤ ਖਿਆਲ ਰੱਖੋ, ਲਵ ਯੂ, ਖੁਦਾ ਹਾਫਿਜ਼, ਨਿਕਲ ਚੱਲ ਚੱਲ ਚੱਲ।